लड्डू बहुत फास्ट खांदा ਸਾਡੇ ਪਿੰਡ ਦੇ ਹਾਲ ਐਂ ਪਾਣੀ ਪਾਉਣਾ ਪੈਂਦਾ ਟੈਂਕੀਆਂ ਨਾਲ ਆ ਬੰਦਾ ਕਹਿੰਦਾ ਮੇਰਾ ਜੀ ਕਰਦਾ ਨਹਿਰ 'ਚ ਛਾਲ ਮਾਰਾਂ 5 ਰੁਪਈਆਂ 'ਚ ਗੱਲ ਹੋਈ ਆ ਟਰੈਕਟਰ ਤੇ ਝੂਟਾ ਦੇਣ ਦੀ ਪਰ ਇਹ ਇਹ ਮੰਜਾ ਉੱਡਦਾ ਇਹ ਉੱਡਣ ਖਟੋਲਾ ਬਣ ਗਿਆ ਹੁਣ ਤੇ ਐਂ ਬੂੰਬ ਦਾ ਲੱਗਾ ਨਹੀਂ ਤੁਹਾਨੂੰ ਮੈਂ ਉਹੀ ਗਾਣਾ ਸੁਣਾਉਣਾ ਲਈ ਕਰ ਦੇਣਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਅਗਲੇ ਸ਼ੋਅ ਤੇ ਮਿਲਾਂਗੇ ਗਾਇਸ ਵੈਲਕਮ ਟੂ ਨਿਊ ਵੀਡੀਓ ਨਾਲ ਆਪਣੇ ਸ਼ਣੀ ਵਲੌਗਰ ਤੇ ਅੱਜ ਦੇ ਵਲੌਗ ਦਾ ਕੋਈ ਮੂਡ ਮਾੜਾ ਹੈ ਨਹੀਂ ਸੀ ਪਰ ਮੂਡ ਬਣ ਗਿਆ ਵਲੌਗ ਦੇ ਚੱਕਰਾਂ 'ਚ ਅਸੀਂ ਡੈਗਦੇ ਫਿਰਦੇ ਹਾਂ ਅਤੇ ਫੋਨ ਦੀ ਬੈਟਰੀ 17% ਆ ਟਾਮੀ ਜੀ ਨਹਿਰ 'ਤੇ ਲੈ ਕੇ ਆਉਣੀ ਉੱਥੇ ਤੁਹਾਨੂੰ ਵਿਖਾਉਂਦੇ ਹਾਂ ਵੱਡਾ ਸੰਦ ਖੋਲਿਆ ਸੀ ਆ ਫੜੀ ਕਰ ਫੋਨ ਚਾਰਜ ਜਾ ਕੇ ਲੈ ਗਿਆ ਬਾਬੇ ਓ ਕੱਚੇ ਰਾਵਾਂ 'ਤੇ ਆਪਣੀ ਰੇਂਜ ਰੋਵਰ ਫਿਰਦੀ ਆ ਠੀਕ ਆ ਮਸਟੈਂਗ ਦਾ ਪੁੱਤ ਵੱਡੀ ਮਸਟੈਂਗ ਕਰੀ ਗੱਡੀ ਆ ਚੈਲੰਜਰ ਉੱਥੇ ਚ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਰਾਹ ਜੀ ਉੱਥੇ ਜਿਹੜੀ ਪੂਪ ਲੈਨ ਨਹੀਂ ਹੁੰਦੀ ਉਹਦਾ ਸਪਰੋਕਟ ਘੱਸ ਗਿਆ ਉਹ ਬਦਲਣਾ ਉਹਦੇ ਅਸੀਂ ਸੰਦ ਬੜੇ ਲੈ ਕੇ ਚੱਲੇ ਹਾਂ ਉੱਧਰੋਂ ਆਪਣੇ ਹੌਜ਼ 'ਚ ਪਾਣੀ ਮੁੱਕ ਗਿਆ ਪਸ਼ੂ ਵੀ ਧਿਆਏ ਆ ਠੀਕ ਆ ਹੋਰ ਵੀ ਕੰਮ ਧੰਦੇ ਨੂੰ ਪਾਣੀ ਨੂੰ ਤੋਂ ਪਤਾ ਸੰਦ ਵੇਖੋ ਇਹ ਤਾਂ ਹਜੇ ਛੋਟੇ ਆ ਅੱਗੇ ਵੱਡੇ ਵਿਖਾਉਣੇ ਆ ਅਤੇ ਉੱਥੇ ਹੁਣ ਨਹਿਰ ਤੋਂ ਟਰੈਕਟਰ ਲੈ ਕੇ ਚੱਲਾਂਗੇ ਮੋਟਰਸਾਈਕਲ ਜਾਂ ਤਾਂ ਛੜੀ ਲਿਆਊਗਾ ਜਾਂ ਉੱਥੇ ਠਾਲ ਦਾਂਗੇ ਬਾਅਦ 'ਚੋਂ ਕੁਛ ਨਾ ਕੁਛ ਕਰਾਂਗੇ ਨਹੀਂ ਪਰ ਟਰੈਕਟਰ ਲੈ ਕੇ ਆਉਣਾ ਯਾਰ ਟੈਂਕੀ ਛੱਡ ਕੇ ਨਹੀਂ ਆਇਆ ਤਾਂ ਨਹੀਂ ਦੱਬਦੇ ਆਪਾਂ ਇੱਥੇ ਹੁਣ ਸਹੀ ਆਫ ਰੋਡਿੰਗ ਹੋਣੀ ਹੈ ਛੜੀ ਫੋਨ ਹੀ ਫੜ ਲੈ ਮੇਰਾ ਬਾਈ ਵੀਡੀਓ ਨਾ ਕੱਟੀ ਐਂ ਇੱਥੇ ਹੀ ਰੱਖੀ ਸਾਰਾ ਦਿਸਣਾ ਚਾਹੀਦਾ ਮਾਲ ਅਤੇ ਹੱਥ ਪਾ ਕੇ ਬਹਿ ਜਾ ਹੁਣ ਹੋਣੀ ਹੁਣ ਹੱਲੇ ਲੱਲੇ ਸਾਰੀ ਹੋਣੀ ਆ ਐਂ ਵਾਹਨ 'ਚ ਧਾਰ ਦਿੰਦੇ ਅਸੀਂ ਤਾਂ ਪਤਾ ਹੀ ਨਹੀਂ ਲੱਗਾ ਦਿੰਦੇ ਇੱਥੇ ਜੰਪ ਆ ਬਾਬੇ ਰੇਂਜ ਰੋਵਰ ਉੱਚੀ ਕਰਾਈ ਹੈ ਨਹੀਂ ਥੱਲੇ ਲੱਗਦੀ ਵੱਟਾਂ ਵੁੱਟਾਂ ਨਾਲ ਹੁਣ ਛੱਡ ਦੇ ਮੈਂ ਵਿਖਾਉਣ ਇੱਥੇ ਰੱਖ ਵਾਹ 'ਚ ਤਾਰਦਿਆਂ ਦਾ ਵੀ ਨਹੀਂ ਪਤਾ ਲੱਗਦਾ ਵਾਹ 'ਤੇ ਚੜ੍ਹਦਿਆਂ ਦਾ ਵੀ ਨਹੀਂ ਪਤਾ ਲੱਗਦਾ ਇਹੋ ਜਿਹੀ ਡਰਾਈਵਰੀ ਆ ਸਾਡੀ ਗਿਆ ਨਹਿਰ 'ਚ ਸੱਚੀ ਆਵੜੇ ਨਹਾਉਂਦਾ ਮੈਂ ਹਾਏ ਬਾਬੇ ਉਹ ਉੱਥੇ ਆ ਸੰਦ ਵਿਖਾਉਣਿਆ ਤੋਂ ਕਿਆ ਨਹਿਰ 'ਚ ਨਹੀਂ ਜਾਣ ਦਿੰਦੇ ਨਹਿਰ 'ਤੇ ਆ ਗਿਆ ਠੀਕ ਆ ਅਤੇ ਆਸਾਨ ਦਾ ਜਿਹੜਾ ਕੋਹਲੀ ਬੈਠੇ ਆ ਗਏ ਉਹ ਬਾਈ ਦੀ ਅੱਗੇ ਵੀ ਵੀਡੀਓ ਤੁਸੀਂ ਵੇਖੀ ਨਾ ਜਿਹੜਾ ਕਹਿੰਦਾ ਹੁੰਦਾ ਮੈਂ ਮੇਰੀ ਵੀਡੀਓ ਨਾ ਪਾਈ ਨੈੱਟ 'ਤੇ ਇਹਦੀ ਹੁਣ ਫੇਰ ਆ ਗਈ ਕੀ ਗੱਲ ਹੋ ਗਈ ਬਾਈ ਐਂ ਤਾਂ ਨਹੀਂ ਖੁੱਲ੍ਹਣਾ ਇਹ ਤੁਸੀਂ ਤਾਂ ਪਸੰਦ ਹੀ ਵਿੰਗੇ ਕਰੀ ਜਾਂਦੇ ਕਸ ਦੇਣੀ ਆਹ ਵੇਖੋ ਗਲਾਰੀ ਦਾ ਕੀ ਹਾਲ ਕੀਤਾ ਕੀ ਰੁੜ ਗਈ ਜੋਰ ਨੀ ਮੰਤਰ ਆਪਣੇ ਆ ਰਾਈਡ ਆਈ ਜੀ ਆਪਣੀ ਸੋਨਾ ਲੀਕਾ ਭੈਂਸ ਕੀ ਟਾਂਗ ਖੜ ਜਾ ਮਾਟੀ ਵੀ ਆ ਰਹਾ ਹਾਂ ਰਾਈਡ 8 ਲੱਖ ਬੈ ਜਾ ਲਰ ਦੀ ਸਾਰੀ 8 ਲੱਖ ਦੀ ਇੰਡੀਅਨ ਕਰੰਸੀ ਦੀ ਰਾਈਡ ਮੈਂ ਬ੍ਰੇਕ ਦੀ ਵੀਡੀਓ ਬਣੀਆਂ ਆਏ ਹੋਏ ਇੰਨੇ ਪੈਡ ਹੁਣ ਵੇਖੋ ਤੁਸੀਂ ਆਵਾਜ਼ ਵੇਖੋ ਸਟਾਰਟ ਹੁੰਦੇ ਜੀ ਸੌਂਦਾ ਨਹੀਂ ਹਾਂ ਪੈਪ ਲਾਈ ਯਾਰ ਕੋਈ ਨੀ ਇਹ ਵੀ ਨਾਲ ਹੀ ਜਾਣਗੇ ਇਹ ਤਾਂ ਆਪ ਲੈ ਹੀ ਜਾਣੀ ਸੀਗੀ ਸਹੀ ਯਾਰ ਕਹਿ ਤੇ ਯਾਰ ਥੈਂਕ
बस अद्धी आ गई कहानी इंदा प्रशाद मिलया नहर का काम निबड़िया करके पता नहीं कहने करके चलो बधाइया बाबा सुख रखे लड्डू बहुत फास्ट खाता नहर बाबे निकी है अगे नाल थोड़ी जी घटी है अगे बड़ी फल हुई है अंदर ही बंदा कहना मेरा जी करता नहर च छाल मारा उड उड चित करता भी बिना गल ही बंदे इन्हें तो गल दसना मेरा तो इन्हें 5 रुपये की गल हुई है ट्रैक्टर से झूठा देने की अगे हम टाइम लैप्स देखो तुम नहर तक का अगले पुल तक का देखो नजारा ड्राइविंग करते समय बड़ा फोन नहीं चलाई दा दृश्य अगला विखावे जो भी होया मम्मी उधर जिंदा तो नहीं लगा पैप कट के लिया है चंगा फुट मूह का तेरा आई गया तो फिर की होंगे तू दूजा गया सुपर स्टार है जरा तेरे कोई सिक्योरिटी रिली रिविल हो जाएगी तेरी देखो बाबे पानी वेखो कि थला पी रहा टैंकी का बस आओ वेखो हाँ तो पानी तो साफ ही टैंकी च रेता बेसुरिया कद मारदा ना देखो बाबे बिच पी जाता पानी बेबे सत श्रीकाल साढ़े पिंड के हाल ए पानी पाना पैदा टैंकियों पानी टूटी आँदी नहीं गी वाटर वास पर है मम्मी मम्मी नहीं एक इन कुछ आखी तू अपने पिंड की गल दस भी पानी नहीं आता तेरी कि फ्रंट कैमरा चली जांदा गा मार फिर आया मार ओ नहीं नहीं ओ थांबने बना लेंदे आज पानी पींदा वे तो सप्प सुप थोड़ा नहीं देखो बाबो चैलेंजर अपनी सिद्धू मूसे वाला भाई यार लाइव जट्टा हम बाबे मैं तुम दसदा सारी राम कहानी की है ये साडा पिंड है ठीक है पिंडे खुरद इतने वाटर बस भी है सूआ भी है नहर भी है व्डिया थोड़ा विखाइया जी ठीक है नहीं वेखिया तो जाके देख लो जी वीडियो अपने चैनल पे पाइया तो इतने पानी नहीं आता गा टेंकी लिया के पाया थोड़े सामने पशु भुखे मरते साढ़े घर नलके का पानी है जोड़ा वो खारा वो पिया नहीं सकते कि बड़ा है ना एक अद्धी वारी तो चल आता तो हम टेंकी लिया के पानी पई है हौज कपड़े तो कुपड़े धोन कासे भी पानी मान लो लोड है नहीं गा तो करके लिया तो मेरी यही गल आ भी साढ़े पिंड कोई भी बंदा साढ़े पिंड वाटर वास टूए च लैना जो पानी नहीं छड़ना हम टैंकी वेली हो गई अपनी तो चलें हम उ छड़ के आनी है
लागे आप आ चुके हैं ते ए थोड़ी जी कमेंट्री मेरे टाइप दी निगी चीज वाली ते वड्डे वड्डे सांदा विखाउणे आ तुहानू यार लागे इधर मक्की मक्की आ पूरी तगड़ी तैयार होई पई है क्यार वाली ब्यूटीफुल सनसेट उसी बरड़ी से आप फिर आ चुके हैं जी तुम पहला टाइम लैप्स भी देख हटे हम उ जाके तो छड़ के ट्रैक्टर से फिर वापस आने घर में हम नहर का पानी वेखो तुम कि साफ आ सी सर का देखो एडू पी आ नहीं कह सकते कमेंट तुम पानी भूरे रंग का ठीक है ये पानी सी सी आर का तो सी सी आर का ही बजूगा क्योंकि दरख्तों की जी छां स्टोर है वो दिन ही अच्छी छड़े आम ठीक है चार पावे सीगे उदो थले रहिंदा सी जो नेरी आई आ मैं तो एक पावा गवा गैब हो गया है पावा आए आए मेरा पैर बजदा ना पर मंजा उड़दा ये उड़न खटोला बन गया नेरी का ठीक है जे कहने तो झूटा लेना तेरी हैगी एंट्री फीस तुम्हें पुछ के रख देंगे ने मालक तो भी किन्नी है भाई तो जे कहने झूटा लेना हो चाह बन है तो भाई ले सकता मतलब उदा देंदे नहीं किसी को क्या महंगी चीज़ आ कोई लैके भज गया कनेडा कनूडा तो मुड़ना नहीं पर आप दवा देंगे लो जी जादुई टेंकी आप इतने लाती हम तुम यार ट्रैक्टर की एक चीज़ दिखा थलाता ठीक है इधरों हाई चा ठीक है कोई रेस नहीं की थी, कोई ब्रेक नहीं लाई ਬਾਬੇ ਕੱਲ੍ਹ ਬਣਾ ਕੇ ਜੀ ਐਂਡ ਆ ਅਤੇ ਅੱਗੇ ਮੇਰੇ ਨਾਲ ਤੁਹਾਨੂੰ ਦੱਸਦਾ ਕੀ ਕਲੋੜ ਹੋਈ ਅੱਗੇ ਦਾ ਬਾਬੇ ਕੋਹੜੀ ਨਹੀਂ ਦਾ ਇੰਸਟਰੂਮੈਂਟ ਕਲਸਟਰ ਬਸ ਬਾਬੇ ਉਹ ਮੂਹਰਲਾ ਕੈਮਰਾ ਡਾਇਰੈਕਟਰ 'ਤੇ ਐਂਪ ਉਂਪ ਤਾਂ ਲੱਗਾ ਨਹੀਂ ਤੁਹਾਨੂੰ ਮੈਂ ਉਹੀ ਗਾਣਾ ਸੁਣਾਉਣਾ ਆ ਨਾਲ ਖਾਂਦੇ ਖਾਂਦੇ ਜਦੋਂ ਘਰ ਖਾ ਜਾਂਦੇ ਇੱਥੇ ਕੋਈ ਪਤਾ ਕਦੋਂ ਨਹੀਂ ਸਲਿੱਪ ਮਾਰ ਜੇ ਦੇਖ ਕੇ ਬਣਾਏ ਕਰ ਹੱਥ ਕਿਸੇ ਨਾ ਹੋਏ ਤੇ ਕੀ ਪਤਾ ਕਦੋਂ ਕੋਈ ਸਲਿੱਪ ਮਾਰ ਜੇ ਦੇਖਿਆ ਬਾਬੇ ਇਹ ਸੀ ਗੁਰਪ੍ਰੀਤ ਸਿੰਘ ਬਰਾੜ ਦੀ ਸੁਰੀਲੀ ਆਵਾਜ਼ ਜਿਹਨੂੰ ਤੁਸੀਂ ਬਹੁਤ ਆਦਰ ਮਾਨ ਦੇਣਾ ਕਮੈਂਟਾਂ 'ਚ ਮੈਨੂੰ ਪਤਾ ਹੈ ਤੁਹਾਡਾ ਸ਼ੁਕਰੀਆ ਮੈਂ ਪਹਿਲਾਂ ਹੀ ਕਰ ਦਿੰਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਅਗਲੇ ਸ਼ੋਅ 'ਤੇ ਮਿਲਾਂਗੇ ਬਾਏ ਬਾਏ ਸਤਿ ਸ਼੍ਰੀ ਅਕਾਲ ਵਾਲੇਕੁਮ ਸਲਾਮ ਬਾਬੇ ਹੋਈ ਤਾਂ ਰੇਸ ਹੀ ਬਾਹਲੀ ਭਰੀ ਆ ਮੇਰੀ ਤਾਂ ਲੱਤ ਦੁੱਖ ਲੱਗ ਗਈ ਰੇਸ ਕਰ ਕਰਕੇ ਬਾਹਲੀ ਭਰੀ ਰੇਸ ਆ ਹੁਣ ਬਾਬੇ ਵੱਡੀਆਂ ਲਾਈਟਾਂ ਛੱਡੀਆਂ ਅਤੇ ਹੁਣ ਮੈਨੂੰ ਇਹਦੀ ਇੱਕ ਚੀਜ਼ ਹੋਰ ਪਤਾ ਲੱਗੀ ਸੀ ਟੀ ਵੀ ਮਾਰਦਾ ਸੀ ਟੀ ਮਾਰ ਕੇ ਸਮਾਂ